ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਕਿ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ ਸ਼ੁਰੂਆਤ ਕਰਦੇ ਹਾਂ ਕਾਨਪੁਰ ਤੋਂ। ਲਖਨਊ ਜਾ ਰਹੀਆਂ ਦੋ ਲੜਕੀਆਂ ਅਚਾਨਕ ਹੋਈਆਂ ਲਾਪਤਾ। ਉੱਤਰ ਪ੍ਰਦੇਸ਼ ਦੇ ਲਖਨਊ ਦੇ ਠਾਣਾ ਕ੍ਰਿਸ਼ਨ ਨਗਰ ਠਾਣਾ ਖੇਤਰ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵੱਡੇ ਬੁਲਾਰੇ ਪ੍ਰਿਤਪਾਲ ਸਿੰਘ ਦੀਆਂ ਦੋ ਬੇਟੀਆਂ ਅਚਾਨਕ ਲਾਪਤਾ ਹੋ ਗਈਆਂ ਨੇ। ਦੋਵੇਂ ਲੜਕੀਆਂ ਕਾਨਪੁਰ ਤੋਂ ਰਾਜਧਾਨੀ ਲਖਨਊ ਆ ਰਹੀਆਂ ਸਨ। ਲਾਪਤਾ ਲੜਕੀਆਂ 'ਚੋਂ ਇੱਕ ਦਾ ਨਾਮ ਸਰਬਜੀਤ ਅਤੇ ਦੂਜੀ ਦਾ ਨਾਮ ਤਰਨਜੀਤ ਕੌਰ ਦੱਸਿਆ ਜਾ ਰਿਹਾ ਹੈ। ਲੜਕੀਆਂ ਨੇ ਬੱਸ 'ਚ ਸਵਾਰ ਹੋਣ ਦੀ ਵੀਡੀਓ ਬਣਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ ਸੀ। ਲਾਪਤਾ ਲੜਕੀਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨਾਵ ਦੇ ਅਗਜ਼ੈਨ ਵਿੱਚ ਉਹਨਾਂ ਦੀ ਆਖਰੀ ਲੋਕੇਸ਼ਨ ਮਿਲੀ ਹੈ, ਜਿਸ ਤੋਂ ਬਾਅਦ ਹੁਣ ਕੋਈ ਵੀ ਸੁਰਾਗ ਉਹਨਾਂ ਦੇ ਹੱਥ ਨਹੀਂ ਲੱਗਾ। ਸਰਦੀ ਦੇ ਮੌਸਮ 'ਚ ਰੋਜ਼ਾਨਾ ਖਾਓ ਕੱਚਾ ਸੰਘਾੜਾ, ਫਾਇਦੇ ਜਾਣ ਕੇ ਹੋਵੋਗੇ ਹੈਰਾਨ। ਇਸ ਤੋਂ ਤਿਆਰ ਆਟੇ ਦੀ ਵਰਤੋਂ ਵਰਤ ਰੱਖਣ 'ਚੋਂ ਵੀ ਕੀਤੀ ਜਾਂਦੀ ਹੈ। ਇਸ ਠੰਡ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਆ, ਮੌਸਮ 'ਚ ਬਾਜ਼ਾਰ 'ਚੋਂ ਸੰਘਾੜੇ ਬਹੁਤ ਮਿਲਦੇ ਨੇ। ਸੰਘਾੜੇ ਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਅਤੇ ਇਸ ਤੋਂ ਤਿਆਰ ਆਟੇ ਦੀ ਵਰਤੋਂ ਵਰਤ ਰੱਖਣ 'ਚੋਂ ਕੀਤੀ ਜਾਂਦੀ ਹੈ ਅਤੇ ਇਸ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਿੰਗਾੜੇ ਕਰਕੇ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ। ਵਾਟਰ ਚੈਸਟ ਟਨ ਪਾਣੀ 'ਚ ਉੱਗਦਾ, ਇਸ ਲਈ ਇਸ ਨੂੰ ਪਾਣੀ ਦਾ ਫਲ ਵੀ ਕਿਹਾ ਜਾਂਦਾ ਹੈ। ਪ੍ਰਦੀਪ ਦੇ ਕਤਲ ਅਤੇ ਡੇਰੇ ਸੱਚੇ ਸੌਦੇ ਦਾ ਵੱਡਾ ਬਿਆਨ। ਸੰਗਤਾਂ ਬੇਅਦਬੀ ਕਰਨਾ ਤਾਂ ਦੂਰ ਸੋਚ ਵੀ ਨਹੀਂ ਸਕਦੀਆਂ। ਬੇਅਦਬੀ ਦੇ ਦੋਸ਼ਾਂ 'ਚੋਂ ਅੱਜ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਜੀ। ਉਸ ਨੂੰ ਲੈ ਕੇ ਡੇਰਾ ਸੱਚਾ ਸੌਦਾ ਦਾ ਵੱਡਾ ਬਿਆਨ ਸਾਹਮਣੇ ਆਇਆ। ਡੇਰੇ ਦੇ ਡੇਰਾ ਪ੍ਰੇਮੀਆਂ 'ਤੇ ਲੱਗੇ ਬੇਅਦਬੀ ਦੇ ਦੋਸ਼ਾਂ ਨੂੰ ਨਕਾਰਿਆ ਅਤੇ ਨਾਲ ਹੀ ਇਸ ਕਤਲ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਡੇਰਾ ਸੱਚਾ ਸੌਦਾ ਸਿਰਸਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਨਾ ਇੰਸਾ ਅਤੇ ਸੰਦੀਪ ਕੌਰ ਇੰਸਾ ਨੇ ਕਿਹਾ ਕਿ ਪੰਜਾਬ 'ਚੋਂ ਅੱਜ ਪ੍ਰਦੀਪ ਸਿੰਘ ਦਾ ਸ਼ਰੇਆਮ ਕਤਲ ਹੋਇਆ। ਡੇਰਾ ਸੱਚਾ ਸੌਦਾ ਅਤੇ ਉਸ ਦੀ ਸਖ਼ਤ ਨਿੰਦਿਆ ਕਰਦਾ ਅਤੇ ਮ੍ਰਿਤਕ ਪਰਿਵਾਰਾਂ ਦੇ ਨਾਲ ਹਮਦਰਦੀ ਜ਼ਾਹਰ ਕਰਦਾ ਹੈ। ਉਹਨਾਂ ਨੇ ਕਿਹਾ ਜੀ, ਸੌਦਾ ਸਾਧ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਦਾ ਹੈ, ਕਿਸੇ ਵੀ ਧਰਮ ਦੀ ਬੇਅਦਬੀ ਕਰਨਾ ਤਾਂ ਦੂਰ ਹੈ। ਸਾਧ ਸੰਗਤ ਅਜਿਹਾ ਸੋਚ ਵੀ ਨਹੀਂ ਸਕਦੀ। ਅਸੀਂ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਜਲਦੀ ਤੋਂ ਜਲਦੀ ਕਰਵਾਈ ਜਾਵੇ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਦਿੱਤੀ ਜਾਵੇ। ਡੇਰਾ ਪ੍ਰੇਮੀ ਦੇ ਕਤਲ ਦੇ ਬੋਲੇ ਭਗਵੰਤ ਮਾਨ, ਕਿਹਾ ਦੇਣ ਧਿਆਨ ਕੈਪਟਨ ਦਾ ਵੱਡਾ ਬਿਆਨ ਅਤੇ 80 ਦੇ ਕਾਲੇ ਦੌਰ ਵੱਲ ਨਾ ਜਾਈਏ। ਪੰਜਾਬ ਵਿੱਚ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ, ਇਸ ਕਰਕੇ ਮਾਨ ਸਰਕਾਰ 'ਤੇ ਸਵਾਲ ਉਠਾਏ ਜਾ ਰਹੇ ਨੇ ਜੀ। ਪਹਿਲਾਂ ਹਿੰਦੂ ਨੇਤਾ ਸੁਧੀਰ ਸੂਰੀ ਦਾ ਸ਼ਰੇਆਮ ਕਤਲ ਕੀਤਾ ਗਿਆ ਅਤੇ ਅੱਜ ਡੇਰਾ ਪ੍ਰੇਮੀ ਪ੍ਰਦੀਪ ਇੰਸਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਵੱਧ ਰਹੇ ਅਪਰਾਧਾਂ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਸਿਰਸਾ ਦੇ ਪੈਰੋਕਾਰ ਪ੍ਰਦੀਪ ਕੁਮਾਰ ਇੰਸਾ ਦੇ ਕਤਲ ਤੋਂ ਕੁਝ ਘੰਟੇ ਬਾਅਦ ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ 'ਚ ਰੋਜ਼ਾਨਾ ਕਤਲ ਦਿਨ ਦਿਹਾੜੇ ਗੋਲੀਬਾਰੀਆਂ ਹੋ ਰਹੀਆਂ ਨੇ। ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਇਸ ਸਭ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸਕੀ। ਉਹਨਾਂ ਨੇ ਕਿਹਾ ਜੀ, ਮੈਂ ਉਹਨਾਂ ਤੋਂ ਜ਼ੋਰਦਾਰ ਤਾਕੀਦ ਕਰਦਾ ਕਿ 80 ਦੇ ਦਹਾਕੇ ਦੇ ਕਾਲੇ ਦੌਰ ਵੱਲ ਵਧਣ ਤੋਂ ਪਹਿਲਾਂ ਰਾਜ ਦੀ ਕਾਨੂੰਨ ਅਤੇ ਵਿਵਸਥਾ ਦੇ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਈਏ। ਅਹਿਮ ਖਬਰ ਆ ਜੀ, ਪੰਜਾਬ ਦੇ ਵਿੱਚ ਮਾਈਨਿੰਗ ਅਤੇ ਹਾਈਕੋਰਟ ਨੇ ਲਾਈ ਰੋਕ, ਸਰਕਾਰ ਨੂੰ ਜਾਰੀ ਕੀਤੇ ਹੁਕਮ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਵਿੱਚ ਮਾਈਨਿੰਗ 'ਤੇ ਰੋਕ ਲਾ ਦਿੱਤੀ ਹੈ ਜੀ। ਜਾਣਕਾਰੀ ਮੁਤਾਬਕ ਐਡਵੋਕੇਟ ਸਹਿਜਪ੍ਰੀਤ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ। ਉਹਨਾਂ ਨੇ ਕਿਹਾ ਜੀ, ਸਰਕਾਰ ਖੁਦ ਹੀ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੀ। ਉਹਨਾਂ ਨੇ ਕਿਹਾ ਜੀ, ਮਾਈਨਿੰਗ ਕਰਨ ਕਾਰਨ ਨਦੀਆਂ 'ਚੋਂ ਭਾਰੀ ਮਸ਼ੀਨਰੀ ਦਾ ਇਸਤੇਮਾਲ ਹੋ ਰਿਹਾ ਹੈ। ਪਟੀਸ਼ਨ ਕਰਤਾ ਦਾ ਕਹਿਣਾ ਹੈ ਕਿ ਹਾਈਕੋਰਟ ਦੀ ਰੋਕ ਦੇ ਬਾਵਜੂਦ ਸਰਕਾਰ ਮਾਈਨਿੰਗ ਕਰ ਰਹੀ ਹੈ ਅਤੇ ਇਸ 'ਤੇ ਹਾਈਕੋਰਟ ਦੇ ਚੀਫ ਜਸਟਿਸ ਨੇ ਸਰਕਾਰ ਬਿਨਾਂ ਵਾਤਾਵਰਣ ਦੀ ਸੰਭਾਲ ਦੇ ਕਲੀਅਰੈਂਸ ਦੇ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਨਾ ਕਰੇ। ਵੱਡੀ ਖਬਰ ਆ ਜੀ, ਗੈਂਗਸਟਰ ਗੋਲਡੀ ਬਰਾੜ ਨੇ ਲਈ ਕੋਟਕਪੂਰਾ 'ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ। ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਉਹਨਾਂ ਨੇ ਕਿਹਾ ਜੀ, ਬਰਗਾੜੀ ਬੇਅਦਬੀ ਕੇਸ ਦੇ ਦੋਸ਼ੀ ਪ੍ਰਦੀਪ ਇੰਸਾ ਦਾ ਕਤਲ ਹੋਇਆ, ਜਿਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਲੈਂਦਾ ਹਾਂ। ਗੋਲਡੀ ਬਰਾੜ ਨੇ ਕਿਹਾ ਕਿ 7 ਸਾਲਾਂ 'ਚੋਂ 3 ਸਰਕਾਰਾਂ ਬੇਅਦਬੀ ਘਟਨਾਵਾਂ ਦਾ ਇਨਸਾਫ ਨਹੀਂ ਦੇ ਸਕੀਆਂ, ਹੁਣ ਸਾਨੂੰ ਇਨਸਾਫ ਆਪ ਹੀ ਲੈਣਾ ਪਵੇਗਾ। ਹਿਮਾਲਿਆ ਖੇਤਰ 'ਚ ਵੱਡੇ ਭੂਚਾਲ ਦੀ ਸੰਭਾਵਨਾ, ਪਰ ਇਸ ਦੀ ਭਵਿੱਖਬਾਣੀ ਬਹੁਤ ਮੁਸ਼ਕਲ ਵਗਿਆ ਨਹੀਂ। ਉਹਨਾਂ ਨੇ ਕਿਹਾ, ਕੋਈ ਨਹੀਂ ਜਾਣਦਾ ਕਿ ਇਹ ਕਦੋਂ ਹੋਵੇਗਾ, ਅਗਲੇ ਪਲ ਵੀ ਹੋ ਸਕਦਾ, ਮਹੀਨੇ ਬਾਅਦ ਵੀ ਹੋ ਸਕਦਾ ਜਾਂ 100 ਸਾਲ ਬਾਅਦ ਵੀ ਹੋ ਸਕਦਾ ਹੈ।
ਹਿਮਾਲਿਆ ਖੇਤਰ 'ਚ ਵੱਡੇ ਭੂਚਾਲ ਦੀ ਪ੍ਰਬਲ ਸੰਭਾਵਨਾ ਦੇ ਬਾਵਜੂਦ ਇਸ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਰਹੀ। ਮੱਦੇਨਜ਼ਰ ਵਿਗਿਆਨੀਆਂ ਨੇ ਡਰਨ ਦੀ ਬਜਾਏ ਇਸ ਦਾ ਸਾਹਮਣਾ ਕਰਨ ਦੇ ਲਈ ਮਜ਼ਬੂਤ ਤਿਆਰੀ 'ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਭਾਰਤੀ ਪਲੇਟ ਅਤੇ ਯੂਰੇਸ਼ੀਅਨ ਪਲੇਟ ਦੇ ਟਕਰਾਉ ਨਾਲ ਹਿਮਾਲਿਆ ਹੋਂਦ 'ਚੋਂ ਆਇਆ ਅਤੇ ਰਸ਼ੀਅਨ ਯੂਰੇਸ਼ੀਅਨ ਪਲੇਟ ਦੇ ਲਗਾਤਾਰ ਦਬਾਅ ਕਾਰਨ ਹੇਠਾਂ ਇਕੱਠੀ ਕੀਤੀ ਜਾ ਰਹੀ ਵੀ ਗਾੜ ਊਰਜਾ ਸਮੇਂ ਸਮੇਂ ਦੇ ਭੂਚਾਲ ਦੇ ਰੂਪ 'ਚੋਂ ਬਾਹਰ ਆਉਂਦੀ ਹੈ। ਬਿਗ ਨਿਊਜ਼ ਫੋਰਮ ਪੰਜਾਬ ਦੀ ਡੇਰਾ ਪ੍ਰੇਮੀ ਦੀ ਹੱਤਿਆ ਮਗਰੋਂ ਐਕਸ਼ਨ ਮੂਡ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼। ਫਰੀਦਕੋਟ ਦੇ ਡੇਰਾ ਪ੍ਰੇਮੀ ਦੀ ਹੱਤਿਆ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਜੀ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੂਬੇ ਦੀ ਅਮਨ ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ 'ਚ ਅਮਨ ਪਸੰਦ ਲੋਕ, ਇੱਥੇ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ, ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਐਂਬੂਲੈਂਸ ਨੂੰ ਰਸਤਾ ਦੇਣ ਦੇ ਲਈ ਪੀ ਐੱਮ ਮੋਦੀ ਨੇ ਰੋਕਿਆ ਆਪਣਾ ਕਾਫਲਾ, ਜੀ ਵੱਡੀ ਖਬਰ ਆ। ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ, ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਤੁਹਾਡਾ ਇੱਕ ਇੱਕ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਪੀ ਐੱਮ ਮੋਦੀ ਨੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਚੋਣਾਂ ਦੇ ਪ੍ਰਚਾਰ ਲਈ ਲਗਾਤਾਰ ਰੈਲੀਆਂ ਕਰ ਰਹੇ ਨੇ ਅਤੇ ਅੱਜ ਉਹਨਾਂ ਨੇ ਦੇਵਭੂਮੀ ਹਿਮਾਚਲ ਦੇ ਵਿੱਚ ਕਈ ਪ੍ਰੋਗਰਾਮਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਬੁੱਧਵਾਰ ਨੂੰ ਚੋਣ ਰੈਲੀ ਤੋਂ ਪਹਿਲਾਂ ਕੁਝ ਸਮੇਂ ਲਈ ਰੁਕਿਆ। ਘਟਨਾ ਕਾਂਗੜ 'ਚੋਂ ਦੇਖਣ ਨੂੰ ਮਿਲਿਆ ਜਿੱਥੇ ਪੀ ਐੱਮ ਮੋਦੀ ਖੁਦ ਆਪਣੇ ਕਾਫਲੇ ਨੂੰ ਐਂਬੂਲੈਂਸ ਨੂੰ ਰਸਤਾ ਦੇਣ ਦੇ ਲਈ ਰੋਕਿਆ। ਦੱਸ ਦਈਏ ਪਹਿਲੀ ਵਾਰ ਨਹੀਂ ਜਦੋਂ ਪੀ ਐੱਮ ਨੇ ਆਪਣਾ ਐਂਬੂਲੈਂਸ ਨੂੰ ਰਸਤਾ ਦੇਣ ਲਈ ਕਾਫਲਾ ਰੋਕਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਰੋਕ ਚੁੱਕੇ ਨੇ। ਦੋਸਤੋ ਕੱਲ੍ਹ ਬਿਜਲੀ ਰਹੇਗੀ ਬੰਦ, ਸੋ ਬਿਗ ਬ੍ਰੇਕਿੰਗ ਨਿਊਜ਼ ਆ ਜੀ, ਅੱਜ ਵੀ ਬੰਦ ਰਹੇਗੀ। ਜ਼ਿਆਦਾ ਜਾਣਕਾਰੀ ਲਈ ਚੈਨਲ 'ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ। ਪੰਜਾਬ ਦੇ ਵਿੱਚ 5 ਸਾਲਾਂ 'ਚੋਂ ਲੜਕੀਆਂ ਦੀ ਜਨਮ ਦਰ ਵਧੀ, 1000 ਲੜਕਿਆਂ ਦੀ ਤੁਲਨਾ 'ਚੋਂ 904 ਲੜਕੀਆਂ ਨੇ ਲਿਆ ਜਨਮ। ਬਠਿੰਡਾ, ਫਤਿਹਗੜ੍ਹ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅਜੇ ਵੀ ਪਿੱਛੇ ਨੇ। ਸੋ ਪੰਜਾਬ ਵਿੱਚ 5 ਸਾਲਾਂ ਦੌਰਾਨ ਲੜਕੀਆਂ ਦੀ ਜਨਮ ਦਰ ਦੇ ਵਿੱਚ ਵਾਧਾ ਹੋਇਆ ਜੀ। ਸੂਬੇ ਵਿੱਚ ਲਿੰਗ ਅਨੁਪਾਤ ਹੁਣ 1000 ਲੜਕੀਆਂ ਪਿੱਛੇ 904 ਲੜਕੀਆਂ ਨੇ। 2011 'ਚ ਇਹ ਅਨੁਪਾਤ 893 ਸੀ। ਨੈਸ਼ਨਲ ਫੈਮਿਲੀ ਹੈਲਥ ਸਰਵੇ ਅਨੁਸਾਰ ਬਠਿੰਡਾ, ਫਤਿਹਗੜ੍ਹ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਲੜਕੀਆਂ ਦੀ ਜਨਮ ਦਰ ਲਗਾਤਾਰ ਵੱਧ ਰਹੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਕਮਲਨਾਥ ਦੇ ਸਨਮਾਨ 'ਤੇ ਭੜਕਿਆ ਰਾਗੀ ਸਿੰਘ, ਕਿਹਾ ਸ਼ਰਮ ਕਰੋ ਸਿੱਖਾਂ ਨੂੰ ਮਰਵਾਉਣ ਵਾਲਿਆਂ ਦਾ ਸਨਮਾਨ। ਇੰਦੌਰ ਦੇ ਖਾਲਸਾ ਕਾਲਜ ਵਿੱਚ ਸਾਬਕਾ ਮੁੱਖ ਮੰਤਰੀ ਕਮਲਨਾਥ ਦੀ ਐਂਟਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਜੀ। ਮੌਜੂਦ ਰਾਗੀ ਸਿੰਘ ਮਨਪ੍ਰੀਤ ਸਿੰਘ ਕਾਨਪੁਰੀ ਨੇ ਕਮਲਨਾਥ ਦੇ ਗੁਰਦੁਆਰੇ ਆਉਣ 'ਤੇ ਉਹਨਾਂ ਦਾ ਸਨਮਾਨ ਕਰਨ ਦਾ ਵਿਰੋਧ ਕੀਤਾ ਅਤੇ ਪ੍ਰਬੰਧਕਾਂ ਨੂੰ ਸਖ਼ਤ ਝਾੜ ਪਾਈ ਹੈ। ਉਹਨਾਂ ਨੇ ਕਿਹਾ ਕਿ ਸ਼ਰਮ ਕਰੋ, 1984 ਵਿੱਚ ਸਿੱਖਾਂ ਨੂੰ ਤਬਾਹ ਕਰਨ ਵਾਲਿਆਂ ਦੇ ਗੁਣ ਗਾਉਣੇ ਬੰਦ ਕਰੋ। ਕਮਲਨਾਥ ਦੇ ਸਨਮਾਨ 'ਤੇ ਉਹਨਾਂ ਨੇ ਕਿਹਾ ਕਿ ਸ਼ਰਮ ਕਰੋ, ਤੁਹਾਡੀ ਜ਼ਮੀਰ ਮਰ ਗਈ ਹੈ, ਪੱਲੇ ਕੱਖ ਨਹੀਂ, ਤੁਹਾਡੇ ਟਾਇਰ ਪਾ ਕੇ ਸਾੜਿਆ ਗਿਆ, ਫਿਰ ਤੁਸੀਂ ਨਹੀਂ ਸੁਧਰ ਰਹੇ। ਉਹਨਾਂ ਨੇ ਕਿਹਾ ਜਕਾਰੇ ਛੱਡਣੇ ਬੰਦ ਕਰੋ, ਹੁਣ ਮੈਂ ਕਦੇ ਵੀ ਇੰਦੌਰ ਨਹੀਂ ਆਵਾਂਗਾ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਇੰਦੌਰ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ ਮੱਥਾ ਟੇਕਣ ਲਈ ਖਾਲਸਾ ਕਾਲਜ ਪੁੱਜੇ, ਜਿੱਥੇ ਉਹਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਵਿੱਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਜੀ। ਅੱਤਵਾਦੀ ਰਿੰਦਾ ਅਤੇ ਲਖਬੀਰ ਲੰਡੇ ਦੇ ਇਸ਼ਾਰਿਆਂ 'ਤੇ ਹਥਿਆਰ ਸਪਲਾਈ ਕਰਨ ਵਾਲੇ 4 ਗ੍ਰਿਫਤਾਰ ਕਰ ਲਏ ਗਏ ਨੇ। ਸੋ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 2 ਮੈਗਜ਼ੀਨ, 9 MM ਅਤੇ 45 ਕਾਰਤੂਸ ਅਤੇ 8 ਹੋਰ ਕਾਰਤੂਸ ਬਰਾਮਦ ਕੀਤੇ ਗਏ ਨੇ। ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀ ਵੀਰਵਾਰ ਸਵੇਰੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਮਨਜੋਤ ਉਰਫ ਹਰਮਨ ਕਾਜਦੀਪ ਉਰਫ ਰਾਜਾ ਵਾਸੀ ਪਿੰਡ ਸੈਦੇ ਮੁਬਾਰਕ ਕੁੱਲੀਆਂ ਜ਼ਿਲ੍ਹਾ ਬਟਾਲਾ, ਗੁਰਪ੍ਰੀਤ ਵਾਸੀ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਅਤੇ ਅਮਜੀਤ ਸਿੰਘ ਵਾਸੀ ਪਿੰਡ ਨਸ਼ਹਿਰਾ ਵਜੋਂ ਹੋਈ ਹੈ ਜੀ। ਤਿੰਨਾਂ ਅੱਤਵਾਦੀਆਂ ਨੂੰ 10 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਤਰਨ ਤਾਰਨ ਦੇ ਰਹਿਣ ਵਾਲੇ ਬਲਰਾਜ ਆਤਿਸ਼ ਤੇ ਅਵਿਨਾਸ਼ ਨੂੰ ਸ਼੍ਰੀ ਦਰਬਾਰ ਸਾਹਿਬ ਨੇੜੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲੋਂ AK-47 3 ਪਿਸਤੌਲ, ਵੱਡੀ ਗਿਣਤੀ ਵਿੱਚ ਕਾਰਤੂਸ ਬਰਾਮਦ ਹੋਏ ਨੇ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਤਫਤੀਸ਼ ਨੂੰ ਅੱਗੇ ਵਧਾਇਆ ਤਾਂ ਉਹਨਾਂ ਨੇ ਮੰਨਿਆ ਕਿ ਇਹ 4 ਦੋਸ਼ੀਆਂ ਨੇ ਅੱਤਵਾਦੀ ਰਿੰਦਾ ਅਤੇ ਗੈਂਗਸਟਰ ਲਖਬੀਰ ਦੇ ਇਸ਼ਾਰੇ 'ਤੇ ਆਪਣੇ ਕੋਲੋਂ ਹਥਿਆਰਾਂ ਦੀ ਖੇਪ ਸਪਲਾਈ ਕੀਤੀ ਹੈ।
ਸਰਕਾਰੀ ਬਿਲਡਿੰਗ ਦਾ ਹਾਲ ਕੰਧਾਂ 'ਚੋਂ ਮੀਂਹ ਵਾਂਗ ਵਹਿ ਰਿਹਾ ਪਾਣੀ। ਪ੍ਰਸ਼ਾਸਨ ਬਣਿਆ ਮੂਕ ਦਰਸ਼ਕ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਬਚਾਉਣ ਲਈ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ। ਥਾਂ ਥਾਂ ਫਲੈਕਸ ਬੋਰਡ ਲਾ ਕੇ ਜਾਗਰੂਕ ਕੀਤਾ ਜਾ ਰਿਹਾ, ਪਰ ਪ੍ਰਸ਼ਾਸਨ ਆਪਣੇ ਖੁਦ ਦਫ਼ਤਰ ਦੇ ਦੀਵੇ ਥੱਲੇ ਹਨੇਰਾ ਨਜ਼ਰ ਆ ਰਿਹਾ ਜੀ। ਜੋ ਦੂਸਰਿਆਂ ਨੂੰ ਤਾਂ ਰੌਸ਼ਨੀ ਦੇ ਰਿਹਾ, ਪਰ ਸਭ ਕੁਝ ਜਾਣਦੇ ਹੋਏ ਖੁਦ ਹਨੇਰੇ ਦੇ ਵਿੱਚ ਬੈਠਾ ਹੈ। ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਿਲਡਿੰਗ ਦੀ ਹਾਲਤ ਖਸਤਾ ਹੋ ਚੁੱਕੀ ਹੈ। ਬਾਥਰੂਮ ਦੀਆਂ ਟੂਟੀਆਂ ਦਾ ਪਾਣੀ ਕੰਧਾਂ ਰਾਹੀਂ ਬਾਹਰ ਨਿਕਲ ਰਿਹਾ ਹੈ। ਕਿਸੇ ਵੀ ਵਕਤ ਇਹ ਕੰਧਾਂ ਡਿੱਗ ਸਕਦੀਆਂ ਨੇ, ਛੱਤਾਂ ਤੱਕ ਡਿੱਗ ਸਕਦੀਆਂ ਨੇ। ਇਸ ਬਿਲਡਿੰਗ ਦੇ ਵਿੱਚ ਵੱਡੇ ਸਰਕਾਰੀ ਦਫ਼ਤਰ ਬਣੇ ਨੇ, ਉੱਚ ਅਧਿਕਾਰੀ ਇੱਥੇ ਬੈਠਦੇ ਨੇ, ਲੋਕਾਂ ਦਾ ਕੰਮ ਵੀ ਇੱਥੇ ਕਰਵਾਉਂਦੇ ਨੇ। ਵੱਡੀ ਗਿਣਤੀ 'ਚ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ, ਪਰ ਸਰਕਾਰੀ ਅਫਸਰ ਅਤੇ ਸਰਕਾਰ ਅਤੇ ਪ੍ਰਸ਼ਾਸਨ ਬਿਲਡਿੰਗ ਵੱਲ ਧਿਆਨ ਹੀ ਨਹੀਂ ਦੇ ਰਿਹਾ। ਜਦੋਂ ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਜੀ ਪਾਣੀ ਪਿਛਲੇ ਕਈ ਸਮਾਂ ਤੋਂ ਵਗ ਰਿਹਾ, ਪਰ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। 11,000 ਕਰਮਚਾਰੀਆਂ ਨੂੰ ਮੈਟਾਂ ਨੇ ਨੌਕਰੀ ਤੋਂ ਕੱਢਿਆ, ਨਵੀਂ ਭਰਤੀ 'ਤੇ ਲਾਈ ਰੋਕ। ਉਹਨਾਂ ਨੇ ਕਿਹਾ ਜੀ ਮਾੜੇ ਵਿੱਤੀ ਨਤੀਜਿਆਂ, ਵੱਧਦੇ ਖਰਚੇ ਦੇ ਕਮਜ਼ੋਰ ਵਿਗਿਆਪਨ, ਬਾਜ਼ਾਰ ਦੇ ਚੱਲਦੇ ਹੋਏ ਆਪਣੇ 13% ਕਰਮਚਾਰੀ ਜਾਂ 11,000 ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਅਤੇ 2022 ਵਿੱਚ ਕਿਸੇ ਤਕਨੀਕੀ ਕੰਪਨੀ ਦੇ ਵੱਲੋਂ ਇਹ ਸਭ ਤੋਂ ਵੱਡੀ ਛਾਂਟੀ ਹੈ। ਸੋ ਮੇਟਾ ਨੇ ਕਿਹਾ ਕਿ ਕੰਪਨੀ ਆਉਣ ਵਾਲੇ ਦਿਨਾਂ 'ਚੋਂ ਨਵੇਂ ਕਰਮਚਾਰੀਆਂ ਦੀ ਭਰਤੀ ਹੀ ਨਹੀਂ ਕਰੇਗੀ। ਮੈਟਾ ਦੇ CEO ਮਾਰਕ ਜੁਬਰਗ ਨੇ ਕਿਹਾ ਹੈ ਕਿ ਅੱਜ ਅਸੀਂ ਜਿਸ ਫੈਸਲੇ 'ਤੇ ਪਹੁੰਚੇ ਹਾਂ, ਮੈਂ ਉਸਦੀ ਜ਼ਿੰਮੇਵਾਰੀ ਲੈਂਦਾ ਹਾਂ। ਇਹ ਹਰ ਕਿਸੇ ਲਈ ਔਖਾ ਹੈ। ਮੈਂ ਉਹਨਾਂ ਲੋਕਾਂ ਤੋਂ ਮਾਫ਼ੀ ਚਾਹੁੰਦਾ ਜੋ ਇਸ ਨਾਲ ਪ੍ਰਭਾਵਿਤ ਹੋਏ ਨੇ। ਸੌਦਾ ਸਾਧ ਦੇ ਵੱਲੋਂ ਇੱਕ ਹੋਰ ਲਾਂਚ ਕੀਤਾ ਗਿਆ, ਸੌਂਗਸ ਸੌਦਾ ਸਾਧ ਦੇ ਸੰਸਥਾਪਕ ਬੇਪਰਵਾਹ ਮਸਤਾਨਾ ਮਹਾਰਾਜ ਦੇ 171ਵੇਂ ਪਵਿੱਤਰ ਅਵਤਾਰ ਦਿਹਾੜੇ ਦੇ ਭੰਡਾਰਾ ਉੱਤਰ ਪ੍ਰਦੇਸ਼ ਦੀ ਸਾਧ ਸੰਗਤ ਦੇ ਵੱਲੋਂ ਜਿਤਾਇਆ ਗਿਆ ਜੀ, ਜਿੱਥੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਰਹਿ ਕੇ ਲਾਈਵ ਯੂਟਿਊਬ ਚੈਨਲ ਅਤੇ ਔਨਲਾਈਨ ਪ੍ਰੋਗਰਾਮ ਰਾਹੀਂ ਰਾਮ ਰਹੀਮ ਸੌਦਾ ਸਾਧ ਦੇ ਦਰਸ਼ਨ ਕੀਤੇ ਅਤੇ ਰੂਹਾਨੀ ਬਚਨਾਂ ਨੇ ਇੱਕਜੁੱਟ ਹੋ ਕੇ ਸੁਣਿਆ। ਦੱਸਦੀ ਹੈ ਕਿ ਅੱਜ ਉਹਨਾਂ ਨੇ ਸੰਗਤਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਇੱਕ ਗਾਣਾ ਵੀ ਲਾਂਚ ਕਰ ਦਿੱਤਾ ਹੈ, ਜਿਸ ਦਾ ਸਿਰਲੇਖ ਹੈ ਕਿ ਜਾਗੋ ਦੁਨੀਆ ਦੇ ਲੋਕੋ। ਸੋ ਗੀਤ ਸੋਸ਼ਲ ਮੀਡੀਆ 'ਤੇ ਹੱਥੋਂ ਹੱਥ ਵਾਇਰਲ ਹੋ ਰਿਹਾ ਹੈ। ਭਗਵੰਤ ਮਾਨ ਸਰਕਾਰ ਵੱਲੋਂ ਗਰਭਵਤੀ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਜੀ। ਗਰਭਵਤੀ ਔਰਤਾਂ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ 10.40 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਲਗਾਤਾਰ ਕਾਰਜਸ਼ੀਲ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਕੀਮ ਲਈ ਪਹਿਲਾਂ 5,000 ਰੁਪਏ ਦਾ ਲਾਭ 3 ਕਿਸ਼ਤਾਂ ਵਿੱਚ ਦਿੱਤਾ ਜਾਂਦਾ ਸੀ, ਜੋ ਕਿ ਹੁਣ ਸਿੱਧਾ ਹੀ ਦਿੱਤਾ ਜਾਵੇਗਾ। ਸਿਰਫ 11 ਰੁਪਏ ਦੇ ਵਿੱਚ ਮਿਲੇਗਾ ਸੈਮਸੰਗ ਦਾ 1 ਲੱਖ ਰੁਪਏ ਦਾ ਫੋਨ, ਵੱਡੀ ਖਬਰ ਹੈ ਜੀ। ਦੱਖਣੀ ਕੋਰੀਆਈ ਤਕਨੀਕੀ ਕੰਪਨੀ ਸੈਮਸੰਗ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ S3 ਲਾਂਚ ਕੀਤਾ ਹੈ। ਸੋ S20 ਸੀਰੀਜ਼ ਕੰਪਨੀ ਦੀ ਸਭ ਤੋਂ ਪ੍ਰੀਮੀਅਮ ਸਮਾਰਟਫੋਨ ਸੀਰੀਜ਼ ਹੈ। ਇਸ ਦੇ ਨਾਲ ਹੀ ਸਭ ਤੋਂ ਮਹਿੰਗਾ ਸਮਾਰਟਫੋਨ 1,09,999 ਰੁਪਏ ਤੋਂ 111 ਰੁਪਏ ਵਿੱਚ ਉਪਲਬਧ ਕਰਵਾਇਆ ਗਿਆ ਜੀ। ਇਹ ਔਫਰ ਫਾਈਨ ਟੈਕ ਕੰਪਨੀ ਕ੍ਰੈਡਿਟ ਦੇ ਵੱਲੋਂ ਦਿੱਤਾ ਜਾ ਰਿਹਾ, ਜਿੱਥੇ 11.11 ਡ੍ਰੰਪ ਮਹਿਮ 11 ਰੁਪਏ 'ਚ ਖਰੀਦਣ ਦਾ ਮੌਕਾ ਦੇ ਰਹੀ ਹੈ। ਥਾਣੇ ਦਾ ਮੁਨਸ਼ੀ ਮੈਨੂੰ ਮਰਵਾਉਣਾ ਚਾਹੁੰਦਾ। ਸੋ ਮੰਡ ਦਾ ਵੱਡਾ ਬਿਆਨ ਹੈ ਜੀ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਦਾ ਪੁਲਿਸ ਲਾਈਨ ਵਿੱਚ ਪੰਗਾ ਪੈ ਗਿਆ। ਮੰਡ ਅਨੁਸਾਰ ਪੁਲਿਸ ਲਾਈਨ ਤੋਂ ਸੁਰੱਖਿਆ ਅਮਲੇ ਦੀ ਡਿਊਟੀ ਲਾਉਣ ਵਾਲੇ ਮੁਨਸ਼ੀ ਨੇ ਪਿੰਡਾਂ ਵਾਲੇ ਦੇ ਸਮਰਥਕ ਮੁਲਾਜ਼ਮ ਨੂੰ ਮੇਰੀ ਸੁਰੱਖਿਆ ਲਈ ਭੇਜਿਆ। ਉਹਨਾਂ ਨੇ ਕਿਹਾ ਜੀ ਮੁਨਸ਼ੀ ਹੀ ਮੈਨੂੰ ਮਰਵਾਉਣਾ ਚਾਹੁੰਦਾ ਹੈ। ਮੰਡ ਨੂੰ ਹਾਲੀ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਅਤੇ ਗੋਪਾਲ ਸਿੰਘ ਚਾਵਲਾ ਵੱਲੋਂ ਧਮਕੀਆਂ ਮਿਲ ਰਹੀਆਂ ਨੇ। ਚਾਵਲਾ ਇੱਕ ਖਾਲਿਸਤਾਨੀ ਪੱਖੀ ਨੇਤਾ ਜੋ ਕਿ ਪਾਕਿਸਤਾਨ ਦੇ ਵਿੱਚ ਲੁਕਿਆ ਹੋਇਆ ਹੈ। ਮੰਡ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸਨੇ ਪੁਲਿਸ ਮੁਲਾਜ਼ਮ ਦੀ ਬਾਈਕ 'ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਦੇਖੀ ਅਤੇ ਉਹਨਾਂ ਨੇ ਤੁਰੰਤ ਉਸ ਨੂੰ ਵਾਪਸ ਭੇਜ ਦਿੱਤਾ। ਲੁਧਿਆਣਾ 'ਚ ASI ਨੇ ਖੁਦ ਨੂੰ ਮਾਰੀ ਗੋਲੀ, ਮਾਨਸਿਕ ਪਰੇਸ਼ਾਨੀ ਕਾਰਨ ਚੁੱਕਿਆ ਖੌਫਨਾਕ ਕਦਮ ਅਤੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ। ਸੋ ਮ੍ਰਿਤਕ ਦੀ ਪਛਾਣ ASI ਮਨੋਹਰ ਲਾਲ ਵਜੋਂ ਹੋਈ ਹੈ, ਜੋ ਕਿ ਥਾਣੇ 'ਚ ਮਾਲਖਾਨੇ ਦਾ ਮੁਖੀ ਸੀ। ਮਾਲਖਾਨੇ 'ਚ ਪਈ ਰਾਈਫਲ ਦੇ ਨਾਲ ਉਸਨੇ ਖੁਦ ਨੂੰ ਗੋਲੀ ਮਾਰੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਸੁਧੀਰ ਸੂਰੀ ਕਤਲ ਕਾਂਡ ਦੇ ਦੋਸ਼ੀ ਦੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ। ਸੋ ਵੱਡੀ ਖਬਰ ਹੈ ਜੀ। ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਸਮਾਜ ਵਿਰੋਧੀ ਅਨਸਰਾਂ ਦੇ ਵੱਲੋਂ ਅਜਿਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ।
ਰਿਸ਼ਵਤ ਲੈਂਦਿਆਂ ਮਹਿਲਾ ਇੰਸਪੈਕਟਰ ਕਾਬੂ ਸੋ ਪੰਜਾਬ ਪੁਲਿਸ ਦੇ ਇੱਕ ਮਹਿਲਾ ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਵੱਲੋਂ 11,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ। ਮਹਿਲਾ ਇੰਸਪੈਕਟਰ ਫਾਜ਼ਿਲਕਾ ਵੂਮੈਨ ਸੈੱਲ ਦੀ ਇੰਚਾਰਜ ਦੱਸੀ ਜਾ ਰਹੀ ਹੈ। ਮਜੀਠੀਆ ਦਾ ਬੀਬੀ ਜਗੀਰ ਕੌਰ 'ਤੇ ਵਾਰ, ਸੇਵਾ ਕਰਨੀ ਤਾਂ ਆਓ ਜੋੜਿਆਂ ਅਤੇ ਬਰਤਨਾਂ ਦੀ ਸੇਵਾ ਕਰੀਏ, ਤੁਸੀਂ ਸੇਵਾ ਹੀ ਕੁਝ ਹੋਰ ਭਾਲਦੇ ਹੋ। ਬੀਬੀ ਜਗੀਰ ਕੌਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਅਤੇ ਸਿਕੰਦਰ ਮਲੂਕਾ ਵੱਲੋਂ ਮਾਫ਼ੀ ਦੇਣ ਵਾਲੇ ਬਿਆਨ ਉੱਪਰ ਸੀਨੀਅਰ ਅਕਾਲੀ ਲੀਡਰ ਮਜੀਠੀਆ ਦੇ ਜਵਾਬ ਦਿੱਤਾ ਹੈ ਕਿ ਬੀਬੀ ਤਾਂ ਜੋ ਮਰਜ਼ੀ ਕਹਿ ਦੇਣਗੇ। ਉਹਨਾਂ ਨੇ ਕਿਹਾ ਜੀ ਪੰਥ ਨੂੰ ਦੋ ਫਾੜ ਕਰਕੇ ਬੀਬੀ ਜੀ ਕਹਿੰਦੇ ਨੇ ਕਿ ਮੈਂ ਪੰਥ ਦੀ ਸੇਵਾ ਕਰਨੀ ਹੈ। ਤੁਸੀਂ ਸੇਵਾ ਨਹੀਂ, ਤੁਸੀਂ ਕੁਝ ਹੋਰ ਹੀ ਭਾਲਦੇ ਹੋ, ਉਹ ਰੱਬ ਨੇ ਨਹੀਂ ਦਿੱਤੀ। ਹੁਣ ਕਹਿ ਰਹੇ ਹੋ ਕਿ ਮਲੂਕਾ ਇਹ ਕਰ ਰਿਹਾ, ਉਹ ਕਰ ਰਿਹਾ। ਉਹਨਾਂ ਨੇ ਕਿਹਾ ਬੀਬੀ ਜੀ ਇੰਨਾ ਚਿਰ ਚੁੱਪ ਕਿਉਂ ਰਹੇ, ਉਦੋਂ ਕਿਉਂ ਨਹੀਂ ਬੋਲੇ? ਜੇ ਤੁਹਾਨੂੰ ਪਤਾ ਸੀ ਉਦੋਂ ਹੀ ਬੋਲ ਦੇਣਾ ਸੀ। ਹਿੰਦੂ ਨੇਤਾ ਸੂਰੀ ਦੇ ਕਾਤਲ ਦੇ ਪਰਿਵਾਰ ਦੀ ਸੁਰੱਖਿਆ ਦੀ ਸਿੱਖ ਜਥੇਬੰਦੀਆਂ ਨੇ ਲਈ ਜ਼ਿੰਮੇਵਾਰੀ ਕਿਹਾ। ਪੰਜਾਬ 'ਚ ਸਿੱਖਾਂ ਦੀ ਨਸਲ ਖੁਸ਼ੀ ਨਹੀਂ ਹੋਣ ਦੇਵਾਂਗੇ। ਫਲਾਈਟ ਖੁਸ਼ਖਬਰੀ ਹੈ ਜੀ, ਹੁਣ ਅੰਮ੍ਰਿਤਸਰ ਤੋਂ 9 ਇੰਟਰਨੈਸ਼ਨਲ ਅਤੇ 11 ਘਰੇਲੂ ਹਵਾਈ ਅੱਡਿਆਂ ਲਈ ਸਿੱਧੀਆਂ ਫਲਾਈਟਾਂ ਉੱਡਣਗੀਆਂ। ਸਰਕਾਰ ਨੇ ਆਧਾਰ ਦੇ ਨਿਯਮਾਂ 'ਚ ਕੀਤਾ ਬਦਲਾਅ, 10 ਸਾਲ ਪੂਰੇ ਹੋਣ 'ਤੇ ਕਰਨਾ ਪਵੇਗਾ ਅਪਡੇਟ। ਸਰਕਾਰ ਨੇ ਆਧਾਰ ਦੇ ਨਿਯਮਾਂ ਦੇ ਵਿੱਚ ਸੋਧ ਕਰਕੇ ਹੁਕਮ ਜਾਰੀ ਕੀਤੇ ਹਨ। ਕੇਂਦਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਆਧਾਰ ਨੰਬਰ ਦੀ ਪ੍ਰਾਪਤੀ ਤੋਂ 10 ਸਾਲ ਪੂਰੇ ਹੋਣ ਤੋਂ ਬਾਅਦ ਘੱਟੋ ਘੱਟ ਇੱਕ ਵਾਰ ਇਸ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਰੋਜ਼ਾਨਾ 100 ਰੁਪਏ ਦੀ ਬੱਚਤ ਨਾਲ 15 ਸਾਲਾਂ 'ਚ ਇਕੱਠੀ ਹੋਵੇਗੀ ਲੱਖਾਂ ਰੁਪਏ ਦੀ ਪੂੰਜੀ। ਇਸ ਕਰਕੇ ਬੈਂਕ ਦੀਆਂ ਬੱਚਤ ਸਕੀਮਾਂ ਬਹੁਤ ਹੀ ਆਕਰਸ਼ਕ ਨਹੀਂ ਰਹੀਆਂ। ਸੋ ਮਾਹਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਘੱਟ ਪੈਸਿਆਂ ਵਿੱਚ ਵਧੇਰੇ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮਿਊਚੁਅਲ ਫੰਡਾਂ ਦੇ ਵਿੱਚ ਨਿਵੇਸ਼ ਕਰ ਸਕਦੇ ਹੋ, ਜਿੱਥੇ ਤੁਹਾਨੂੰ ਮੋਟਾ ਮੁਨਾਫਾ ਹੋਵੇਗਾ। ਦੋ ਦੇਸ਼ਾਂ 'ਚ ਵੰਡਿਆ ਭਾਰਤ ਦਾ ਅਨੋਖਾ ਪਿੰਡ, ਮੁਖੀ ਨੇ ਕੀਤੇ ਨੇ 60ਵੇਂ ਦੇਸ਼ ਦੇ ਸ਼ਹਿਰੀਕਰਨ ਨੂੰ ਹੁੰਗਾਰਾ ਦਿੱਤਾ ਜਾ ਰਿਹਾ, ਪਰ ਅੱਜ ਵੀ ਦੇਸ਼ ਦੇ ਜ਼ਿਆਦਾਤਰ ਆਬਾਦੀ ਪਿੰਡਾਂ 'ਚੋਂ ਰਹਿੰਦੀ ਹੈ ਜੀ। ਰਿਪੋਰਟ ਦੇ ਮੁਤਾਬਕ 6 ਲੱਖ ਤੋਂ ਜ਼ਿਆਦਾ ਪਿੰਡ ਨੇ, ਪਰ ਤੁਸੀਂ ਜਾਣਦੇ ਹੋ ਕਿ ਦੇਸ਼ 'ਚੋਂ ਅਜਿਹਾ ਪਿੰਡ ਹੈ ਜੋ ਦੋ ਦੇਸ਼ਾਂ ਦੇ ਵਿੱਚ ਵੰਡਿਆ ਹੋਇਆ। ਸੋ ਪਿੰਡ ਨਾਲ ਜੁੜੀਆਂ ਅਨੇਕਾਂ ਦਿਲਚਸਪ ਗੱਲਾਂ ਨੇ। ਇਸ ਪਿੰਡ ਦਾ ਨਾਮ ਲੋਗਮਾ ਹੈ ਜੋ ਨਾਗਾਲੈਂਡ 'ਚ ਮੌਜੂਦ ਹੈ। ਸਭ ਤੋਂ ਦਿਲਚਸਪ ਗੱਲ ਹੈ ਕਿ ਭਾਰਤ ਦਾ ਹਿੱਸਾ ਅਤੇ ਦੂਜਾ ਮਿਆਂਮਾਰ 'ਚ ਪੈਂਦਾ ਹੈ। ਇਸ ਪਿੰਡ ਦੇ ਲੋਕਾਂ ਨੂੰ ਦੋਵਾਂ ਮੁਲਕਾਂ ਦੀ ਨਾਗਰਿਕਤਾ ਮਿਲ ਗਈ ਹੈ। ਸੋ ਬਗੈਰ ਕਿਸੇ ਪਾਬੰਦੀ ਮਿਆਂਮਾਰ 'ਚ ਵੀ ਘੁੰਮ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਦੇ ਮੁਖੀ ਨੇ 260 ਵਿਆਹ ਕੀਤੇ ਨੇ। ਕਦੋਂ ਮਿਲੇਗਾ ਬਰਗਾੜੀ ਬੇਅਦਬੀ ਦਾ ਇਨਸਾਫ? ਸੋ ਇਸ ਅਦਾਲਤ ਵਿੱਚ ਬੰਦੇ ਬਿਰਕ ਹੋ ਗਏ, ਕਦੋਂ ਮਿਲੇਗਾ ਬਰਗਾੜੀ ਦਾ ਇਨਸਾਫ? 30 ਨਵੰਬਰ ਨੂੰ ਖਤਮ ਹੋ ਰਹੀ ਮੋਰਚੇ ਵੱਲੋਂ ਦਿੱਤੀ ਮੋਹਲਤ, ਖਤਮ ਹੋਣ ਤੋਂ ਪਹਿਲਾਂ ਡੇਅਰੀ ਪ੍ਰੇਮੀ ਦਾ ਕਾਤਲ। ਸੋ ਬਹਿਬਲ ਕਲਾਂ ਇਨਸਾਫ ਮੋਰਚੇ ਵੱਲੋਂ ਸਰਕਾਰ ਨੂੰ ਆਖਰੀ ਵਾਰ ਦਿੱਤੀ ਮੋਹਲਤ, 30 ਨਵੰਬਰ ਨੂੰ ਖਤਮ ਹੋ ਜਾਵੇਗੀ ਸਰਕਾਰ ਦੇ ਕਹਿਣ 'ਤੇ ਮੋਰਚੇ 'ਚ ਸ਼ਾਮਲ ਸੰਗਤਾਂ ਵੱਲੋਂ 2 ਵਾਰ ਡੈਡਲਾਈਨ ਵਧਾਈ ਗਈ ਆ। ਦੂਜੀ ਵਾਰ ਮੋਹਲਤ ਖਤਮ ਹੋਣ ਦੇ ਦਿਨ ਬਹਿਬਲ ਕਲਾਂ ਵਿੱਚ ਰੱਖੇ ਪੰਥਕ ਇਕੱਠ ਮੌਕੇ ਪੰਜਾਬ ਸਰਕਾਰ ਵੱਲੋਂ ਸਪੀਕਰ ਕੁਲਤਾਰ ਸੰਧਵਾਂ ਨੇ 1.5 ਮਹੀਨੇ 'ਚ ਸਜ਼ਾ ਦੇਣ ਦਾ ਭਰੋਸਾ ਦੇ ਕੇ ਆਖਰੀ ਵਾਰ ਮੋਹਲਤ ਮੰਗਣ ਕੇ ਆਏ ਸਨ। ਉਹਨਾਂ ਨੇ ਸੰਗਤਾਂ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ ਸੀ। ਉਪਲਬਧ ਸਰੋਤਾਂ 'ਚੋਂ ਹੀ ਹਰਿਆਣੇ ਨੂੰ ਪਾਣੀ ਦੇਵੇ ਪੰਜਾਬ। ਕੇਂਦਰੀ ਮੰਤਰੀ ਅਮਿਤ ਸ਼ਾਹ, ਪੰਜਾਬ ਨੇ ਹਮੇਸ਼ਾ ਦਲੀਲ ਰੱਖੀ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ, ਪਰ ਕੇਂਦਰ ਨੇ ਇਸ ਨੂੰ ਕੋਈ ਤਵੱਜੋ ਨਹੀਂ ਦਿੱਤੀ। ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ 'ਚ ਪਾਣੀਆਂ ਦੀ ਹਿੱਸੇਦਾਰੀ ਦੀ ਫੀਸਦੀ ਪਹਿਲਾਂ ਹੀ ਤਾਂ ਹੈ, ਇਸ ਲਈ ਕੋਈ ਸਮੱਸਿਆ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਪਾਣੀ ਘੱਟ ਹੈ ਤਾਂ ਮੌਜੂਦਾ ਜਲ ਸਰੋਤਾਂ 'ਚੋਂ ਹੀ ਸਾਂਝਾ ਪਾਣੀ ਕੀਤਾ ਜਾ ਰਿਹਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਪੰਜਾਬ 'ਚੋਂ ਘੱਟ ਪਾਣੀ ਹੋਣ ਦੇ ਬਾਵਜੂਦ ਹਰਿਆਣੇ ਨੂੰ ਹਿੱਸੇਦਾਰੀ ਦੇ ਅਨੁਪਾਤ ਦੇ ਲਿਹਾਜ਼ ਨਾਲ ਪਾਣੀ ਦੇ ਸਕਦਾ ਹੈ। ਸਹੁਰਾ ਪਰਿਵਾਰ ਨੇ ਜਵਾਈ ਨੂੰ ਜ਼ਹਿਰ ਪਿਲਾ ਕੇ ਉਤਾਰਿਆ ਮੌਤ ਦੇ ਘਾਟ। ਸੋ ਬੜੀ ਦੁਖਦਾਈ ਖਬਰ ਹੈ। ਮੂੰਹ 'ਤੇ ਕੱਪੜਾ ਬੰਨ, ਘਰ 'ਚ ਵੜੇ 3 ਨੌਜਵਾਨ ਬਜ਼ੁਰਗ। ਔਰਤ ਨੂੰ ਕਮਰੇ ਵਿੱਚ ਕੜੀਸ ਬੰਨੇ ਹੱਥ ਪੈਰ, ਅਤੇ ਫਿਰ ਸਾਰੇ ਘਰ ਦੇ ਵਿੱਚ ਕੀਤੀ ਲੁੱਟ, ਅਤੇ 1.5 ਲੱਖ ਰੁਪਏ ਨਗਦ, ਕੰਨਾਂ ਦੀਆਂ ਵਾਲੀਆਂ, ਸੋਨੇ ਦੀ ਚੈਨ, ਤਲਮਾਰੀ ਦੇ ਵਿੱਚ ਪਿਆ ਸਾਰਾ ਸੋਨਾ ਲੈ ਕੇ ਫਰਾਰ। ਹਿਮਾਚਲੀ ਟੋਪੀ ਕਿਸ ਦੀ ਬਣੇਗੀ ਸ਼ਾਨ? ਸੋ ਓਪੀਨੀਅਨ ਪੋਲ ਦੇ ਹੈਰਾਨਕੁੰਨ ਅੰਕੜੇ ਨੇ। ਦੱਸ ਦਈਏ ਕਿ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ 'ਚ 12 ਨਵੰਬਰ ਨੂੰ ਵੋਟਾਂ ਪੈਣਗੀਆਂ। 8 ਦਸੰਬਰ ਨੂੰ ਤਸਵੀਰ ਸਾਫ਼ ਹੋ ਜਾਵੇਗੀ। ਤਾਂ ਹਿਮਾਚਲ ਪ੍ਰਦੇਸ਼ ਦੀ ਜਨਤਾ ਦੇ ਮੂਡ ਦੇ ਆਧਾਰ ਦੀ ਗੱਲ ਕਰੀਏ ਤਾਂ ਕਾਫ਼ੀ ਹੱਦ ਤੱਕ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਉੱਥੇ ਬਣਦੀ ਨਹੀਂ ਦਿਖਾ ਰਹੀ। 44 ਸੀਟਾਂ ਭਾਜਪਾ ਜਿੱਤ ਰਹੀ ਹੈ ਜੀ।
24 ਕਾਂਗਰਸ ਅਤੇ 2 ਸੀਟਾਂ ਆਮ ਆਦਮੀ ਪਾਰਟੀ ਨੂੰ ਉੱਥੇ ਮਿਲ ਸਕਦੀਆਂ ਨੇ। 70 ਇਤਿਹਾਸ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਲੱਗਾ ਧਰਨਾ, ਸੋ ਸਾਡਾ ਹੱਕ ਇੱਥੇ ਰੱਖਦੇ ਨਾਰਿਆਂ ਨਾਲ ਬਾਘਾ ਪੁਰਾਣਾ ਮੁੱਖ ਚੌਂਕ 'ਚ ਪਹੁੰਚੀਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੀਆਂ ਵਿਦਿਆਰਥੀਆਂ, ਉਹਨਾਂ ਨਾਲ ਮਾਪੇ ਵੀ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਹਾਈਕੋਰਟ ਵੱਲੋਂ ਦਿੱਲੀ 'ਚ 4 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ 'ਤੇ ਰੋਕ ਲਾਉਣ ਤੋਂ ਇਨਕਾਰ। ਇਨਸਾਨ ਬਣਿਆ ਹੈਵਾਨ ਪਟਿਆਲਾ 'ਚ ਰਾਹ ਜਾਂਦੀ ਬੇਸਹਾਰਾ ਗਾਉਂ ਨੂੰ ਵਿਅਕਤੀ ਨੇ ਮਾਰੀ ਗੋਲੀ, ਸੋ ਡੇਰਾ ਪ੍ਰੇਮੀ ਕਤਲ ਮਾਮਲੇ 'ਚ DGP ਗੌਰਵ ਯਾਦਵ ਦਾ ਵੱਡਾ ਬਿਆਨ। ਉਹਨਾਂ ਨੇ ਕਿਹਾ ਜੀ ਸਥਿਤੀ ਕਾਬੂ ਵਿੱਚ ਹੈ, ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਇੰਡ ਗੈਂਗਸਟਰ ਗੋਲਡੀ ਬਰਾੜ ਨੇ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਦਾ ਨਾਂ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਦਾਅਵਾ ਕੀਤਾ ਗਿਆ ਹੈ। ਡੇਰਾ ਪ੍ਰੇਮੀ ਦੇ ਗੋਲੀਆਂ ਮਾਰ ਕੇ ਕਤਲ ਵਿਰੋਧੀਆਂ ਨੇ ਨਿਸ਼ਾਨੇ 'ਤੇ ਪੰਜਾਬ ਸਰਕਾਰ ਆਈ ਹੋਈ ਹੈ। ਭਾਜਪਾ ਆਗੂ ਵੇਰਕਾ ਨੇ ਵੀ ਨਿਸ਼ਾਨੇ ਸਾਧੇ ਨੇ। ਧਾਰੀਵਾਲ 'ਚ ਔਰਤ ਅਤੇ ਨੌਜਵਾਨ ਵੱਲੋਂ ਗਲਤੀ ਨਾਲ ਖਾਧੀ ਪੁਰਾਣੀ ਦਵਾਈ ਨੇ ਲਈ ਜਾਣ, ਸੋ ਵੱਡੀ